हेलो स्टूडेंट, आज ऐसे करेंगे किरिया ते पढ़ना। सब तो पहला अपनी बुक खोलो, पाठ 13 पेज नंबर 60 किरिया। पाठ 13 किरिया। किरिया की है किसे काम दे होन दा ज्ञान। रमन दूध पी रहा है, बच्चा सो रहा है, पिताजी पूजा कर रहे हैं, नवदीप गीत गा रही है, खुशदीप खेड रही है, रवनीत पढ़ रहा है। बेटा इन्हां सारे वाकां दे विच पी रहा है, सो रहा है, पूजा कर रहे हैं, गीत गा रही है, खेड रही है, पढ़ रहा है, ये सारे शब्द की हैं किरिया। देखो इस सेंटेंस के बीच रमन दूध पी रहा है। रमन की है कर्ता मीन्स सब्जेक्ट। दूध पी रहा है, दूध की है कर्म, ओके ऑब्जेक्ट। पी रहा है की है किरिया मीन्स वर्ब। कर्ता कर्म किरिया। रमन दूध पी रहा है, पी रहा की है इस विच किरिया। आ जाओ इसकी परिभाषा ते। किरिया की परिभाषा जिहड़े शब्दों तो कुछ का वापरन करन जा होन आदि बारे पता लगे उन्होंने किरिया आखते हैं। जिमें अमृत नहा रहा है, असी बाजार गए सी, हरी रोटी खा रहा है। नहा रहा है, बाजार गए सी, रोटी खा रहा है, ये की है किरिया। वाक दे विच बेटा कर्ता ते कर्म होंदे हैं। ਇਹਨਾਂ ਦੀ ਕਿਸਮਾਂ ਜਾਣਨ ਤੋਂ ਪਹਿਲਾਂ ਸਾਨੂੰ ਸੈਂਟੈਂਸ ਦੇ ਵਿੱਚ ਕਰਤਾ ਦੇ ਕਰਮ ਦਾ ਗਿਆਨ ਹੋਣਾ ਜ਼ਰੂਰੀ ਹੈ। ਸਭ ਤੋਂ ਪਹਿਲੇ ਦੇਖੋ ਕਰਤਾ। ਵਾਕ ਵਿੱਚ ਕੰਮ ਕਰਨ ਵਾਲੇ ਨੂੰ ਕਰਤਾ ਕਿਹਾ ਜਾਂਦਾ ਹੈ। ਕਰਤਾ ਮਤਲਬ ਕੰਮ ਕਰਨ ਵਾਲਾ। ਰੋਹਨ ਕ੍ਰਿਕਟ ਖੇਡਦਾ ਹੈ, ਮੀਰਾ ਸਾਈਕਲ ਚਲਾਉਂਦੀ ਹੈ। ਰੋਹਨ ਅਤੇ ਮੀਰਾ ਕੀ ਹੈ? ਕਰਤਾ। ਨੰਬਰ 2 ਹੈ ਕਰਮ। ਵਾਕ ਵਿੱਚ ਜਿਸ ਉੱਤੇ ਕੰਮ ਕੀਤਾ ਜਾਵੇ ਉਸਨੂੰ ਕਰਮ ਕਿਹਾ ਜਾਂਦਾ ਹੈ। ਜਿਵੇਂ ਕਿਸਾਨ ਹੱਲ ਚਲਾਉਂਦਾ ਹੈ, ਸੁਨੀਤਾ ਕਿਤਾਬ ਪੜ੍ਹ ਰਹੀ ਹੈ। ਕਿਸਾਨ ਕੀ ਹੈ? ਕਰਤਾ। ਹੱਲ ਕੀ ਹੈ? ਕਰਮ। ਚਲਾਉਂਦਾ ਹੈ ਕਿਰਿਆ। ਸੁਨੀਤਾ ਕੀ ਹੈ? ਕਰਤਾ। ਕਿਤਾਬ ਹੈ ਕਰਮ। ਪੜ੍ਹ ਰਹੀ ਹੈ ਕਿਰਿਆ। ਠੀਕ ਹੈ। ਇਸਦੇ ਵਿੱਚ ਕਰਮ ਕੀ ਹੈ? ਹੱਲ, ਕਿਤਾਬ। ਅੱਗੇ ਆ ਜਾਓ ਕਿਰਿਆ ਦੀਆਂ ਕਿਸਮਾਂ। ਕਿਰਿਆ 2 ਕਿਸਮਾਂ ਦੀ ਹੁੰਦੀ ਹੈ, ਅਕਰਮਕ ਔਰ ਸਕਰਮਕ। ਅਕਰਮਕ ਮਤਲਬ ਕਰਮ ਤੋਂ ਬਿਨਾਂ। ਅਕਰਮਕ ਤੋਂ ਭਾਵ ਹੈ ਕਰਮ ਤੋਂ ਬਿਨਾਂ। ਜਿਸ ਵਾਕ ਵਿੱਚ ਕਿਰਿਆ ਦਾ ਕਰਮ ਨਾ ਹੋਵੇ ਉਸਨੂੰ ਅਕਰਮਕ ਕਿਰਿਆ ਆਖਦੇ ਹੈ। ਦੇਖੋ ਸਹਿਜਪਾਲ ਪੜ੍ਹਦਾ ਹੈ, ਕੀ ਪੜ੍ਹਦਾ ਹੈ? ਨਹੀਂ ਪਤਾ। ਇਹ ਕਰਤਾ ਹੈ ਔਰ ਇਹ ਕਿਰਿਆ ਹੈ, ਇਸ ਵਿੱਚ ਕਰਮ ਨਹੀਂ ਹੈ, ਇਹ ਕੀ ਹੈ? ਅਕਰਮਕ ਕਿਰਿਆ। ਨੰਬਰ 2 ਸਕਰਮਕ ਕਿਰਿਆ। ਸਕਰਮਕ ਸ ਮਤਲਬ ਕਰਮ ਦੇ, ਕਰਮ ਸਹਿਤ, ਕਰਮ ਦੇ ਨਾਲ। ਸਕਰਮਕ ਤੋਂ ਭਾਵ ਹੈ ਕਰਮ ਸਹਿਤ। ਇੰਝ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਹੋਵੇ ਉਸਨੂੰ ਸਕਰਮਕ ਕਿਰਿਆ ਆਖਦੇ ਹਨ। ਜਿਵੇਂ ਸਹਿਜਪਾਲ ਕਹਾਣੀ ਪੜ੍ਹਦਾ ਹੈ, ਸਹਿਜਪਾਲ ਕਹਾਣੀ ਪੜ੍ਹਦਾ ਹੈ, ਇਹ ਹੈ ਕਰਤਾ, ਇਹ ਹੈ ਕਰਮ, ਇਹ ਹੈ ਕਿਰਿਆ। ਇਸ ਵਾਕ ਦੇ ਵਿੱਚ ਕਿਰਿਆ ਦਾ ਕਰਮ ਹੈ ਅਤੇ ਇਹ ਕੀ ਹੈ? ਸਕਰਮਕ ਕਿਰਿਆ। ਇਹ ਸੀ ਬੇਟਾ ਸਾਡਾ ਕਿਰਿਆ ਵਾਲਾ ਚੈਪਟਰ। ਕਿਰਿਆ ਤੋਂ ਕੀ ਭਾਵ ਹੈ? ਕਿਰਿਆ ਦੀ ਪਰਿਭਾਸ਼ਾ ਦੀ ਲਿਖਣੀ ਹੈ। ਕਰਤਾ ਅਤੇ ਕਰਮ ਕੀ ਹੁੰਦੇ ਹਨ ਉਹਨਾਂ ਦੀ ਪਰਿਭਾਸ਼ਾ ਲਿਖਣੀ ਹੈ। ਕਿਰਿਆ ਦੀਆਂ ਕਿਸਮਾਂ ਲਿਖੋ, ਤਾਂ ਕਿਰਿਆ ਲਿਖਣਾ ਹੈ ਕਿਰਿਆ 2 ਕਿਸਮ ਦੀ ਹੁੰਦੀ ਹੈ, ਕਰਮ ਕਿਰਿਆ ਅਤੇ ਸਕਰਮਕ ਕਿਰਿਆ। ਅਕਰਮਕ ਕਿਰਿਆ ਤੋਂ ਕੀ ਭਾਵ ਹੈ? ਇਹ ਅਕਰਮਕ ਦੀ ਪਰਿਭਾਸ਼ਾ ਦੇ ਦੇਣੀ। ਸਕਰਮਕ ਤੋਂ ਕੀ ਭਾਵ ਹੈ? ਅਤੇ ਸਕਰਮਕ ਦੀ ਪਰਿਭਾਸ਼ਾ ਦੇ ਦੇਣੀ। ਇਸ ਤੋਂ ਬਾਅਦ ਇਸਦੀ ਐਕਸਰਸਾਈਜ਼ ਦੇਖੋ। ਐਡਾ ਪਾਠ ਹੇਠ ਦੇ ਵਾਕਾਂ ਵਿਚਲੇ ਖਾਲੀ ਸਥਾਨ ਭਰੋ। ਜਿਹੜੇ ਸ਼ਬਦਾਂ ਤੋਂ ਕੰਮ ਦੀ ਹੋਣ ਜਾਂ ਕਰਨ ਜਾਂ ਵਾਪਰਨ ਦਾ ਪਤਾ ਲੱਗੇ ਉਸਨੂੰ ਕੀ ਕਹਿੰਦੇ ਹਨ? ਕਿਰਿਆ ਆਖਦੇ ਹਨ। ਕਿਰਿਆ 2 ਕਿਸਮ ਦੀ ਹੁੰਦੀ ਹੈ। ਸਕਰਮਕ ਕਿਰਿਆ ਵਿੱਚ ਕਿਰਿਆ ਦਾ ਕਰਮ ਹੁੰਦਾ ਹੈ, ਅਕਰਮਕ ਕਿਰਿਆ ਵਿੱਚ ਕਿਰਿਆ ਦਾ ਕਰਮ ਨਹੀਂ ਹੁੰਦਾ। ਇਹ ਪਾਠ ਦੇਖੋ। ਹੇਠ ਦਿੱਤੇ ਕਰਮਾਂ ਨੂੰ ਸਹੀ ਕਿਰਿਆ ਨਾਲ ਮਿਲਾਓ। ਕੈਰਮ ਖੇਡਣਾ। ਬੇਟਾ ਮੈਂ ਇਸਦੇ ਸਹੀ ਸ਼ਬਦ ਜੋ ਹੈ ਜੋੜ ਮਿਲਾਉਣਾ ਹੈ ਉਹ ਸਾਹਮਣੇ ਲਿਖਿਆ ਹੈ। ਕੈਰਮ ਖੇਡਣਾ, ਅਖਬਾਰ ਪੜ੍ਹਨਾ, ਰੋਟੀ ਪਕਾਉਣਾ, ਕੱਪੜੇ ਧੋਣਾ, ਗੀਤ ਗਾਉਣਾ।
ਬਹੁ ਵਿਕਲਪੀ ਦੇਖੋ, ਕਿਰਿਆ ਦੀਆਂ ਕਿੰਨੀਆਂ ਕਿਸਮਾਂ ਹਨ? ਦੋ। ਕਿਸੇ ਵਾਕ ਵਿੱਚ ਕੰਮ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਕਰਤਾ। ਰਾਜੂ ਪੱਤਰ ਲਿਖ ਰਿਹਾ ਹੈ, ਕੀ ਹੈ? ਸਕਰਮਕ। ਰੋਹਨ ਨੱਚ ਰਿਹਾ ਹੈ, ਕੀ ਹੈ? ਅਕਰਮਕ। ਹੇਠਲੇ ਵਾਕਾਂ ਵਿੱਚੋਂ ਕਿਰਿਆ ਚੁਣੋ ਤੇ ਨਾਲ ਹੀ ਉਹਨਾਂ ਦੀ ਕਿਸਮ ਲਿਖੋ। ਕਿਰਪਾਲ ਪੜ੍ਹਦਾ ਹੈ, ਪੜ੍ਹਦਾ ਹੈ ਅਕਰਮਕ ਕਿਰਿਆ। ਬੱਚਾ ਚਾਹ ਪੀ ਰਿਹਾ ਹੈ, ਇਹ ਕੀ ਹੈ? ਸਕਰਮਕ ਕਿਰਿਆ। ਸੀਤਾ ਖੇਡਦੀ ਹੈ, ਅਕਰਮਕ ਕਿਰਿਆ। ਹਰਮਨ ਕਮੀਜ ਧੋ ਰਹੀ ਹੈ, ਸਕਰਮਕ ਕਿਰਿਆ। ਜਸਵੰਤ ਹੱਸਦਾ ਹੈ, ਅਕਰਮਕ ਕਿਰਿਆ। ਮੈਂ ਦਿੱਲੀ ਜਾਵਾਂਗਾ, ਸਕਰਮਕ ਕਿਰਿਆ। ਦੀਪਕ ਨੇ ਪਾਣੀ ਪੀਤਾ ਸੀ, ਸਕਰਮਕ ਕਿਰਿਆ। ਮੁੰਡੇ ਭੰਗੜਾ ਪਾ ਰਹੇ ਹਨ, ਸਕਰਮਕ ਕਿਰਿਆ। ਇਹ ਬੇਟਾ ਐਕਸਰਸਾਈਜ਼ ਤੁਸੀਂ ਇਸ ਤੋਂ ਕਰ ਲੈਣਾ। ਇਸ ਤੋਂ ਬਾਅਦ ਬੇਟਾ ਅਸੀਂ ਕਰਾਂਗੇ ਪਾਠ 18, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਸੈਕਿੰਡ ਟਰਮ ਦੇ ਵਿੱਚ ਤੁਹਾਡੇ ਕੋਲ ਹੈ 1 ਤੋਂ ਲੈ ਕੇ 20 ਤੱਕ, 1 ਤੋਂ 20 ਤੱਕ ਤੁਹਾਡੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਸਭ ਤੋਂ ਪਹਿਲਾਂ ਦੇਖੋ ਇੱਕ ਸ਼ਬਦ ਕੀ ਹੈ। ਆਮ ਭਾਸ਼ਾ ਦੇ ਵਿੱਚ ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ, ਕੁਛ ਅਜਿਹੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਜਿਨ੍ਹਾਂ ਦੇ ਅਰਥ ਬਹੁਤੇ ਸ਼ਬਦਾਂ ਵਿੱਚ ਹੁੰਦੇ ਹਨ। ਇਹ ਸਾਡੇ ਭਾਸ਼ਾ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਹਨ। ਠੀਕ ਹੈ, ਦੇਖੋ ਇਹ ਲੱਕੜ ਦਾ ਕੰਮ ਕਰਦਾ ਹੈ। ਕੌਣ ਕਰਦਾ ਹੈ ਲੱਕੜ ਦਾ ਕੰਮ? ਤਰਖਾਨ। ਇਹ ਤਰਖਾਨ ਹੈ। ਰਮਨ ਕਵਿਤਾਵਾਂ ਲਿਖਣ ਦਾ ਕੰਮ ਕਰਦਾ ਹੈ। ਕਵਿਤਾਵਾਂ ਲਿਖਣ ਵਾਲਾ ਕਵੀ, ਰਮਨ ਕਵੀ ਹੈ। ਬਹੁਤੇ ਸ਼ਬਦਾਂ ਨੂੰ ਇੱਕ ਸ਼ਬਦ ਦੇ ਵਿੱਚ ਉਸਨੇ ਬਣਾਇਆ ਹੈ ਕਵੀ। ਦੇਖੋ ਤੁਸੀਂ ਲਿਖ ਲੈਣਾ ਹੈ ਸੈਕਿੰਡ ਟਰਮ 1 ਤੋਂ 20। ਜਿਹੜਾ ਕਦੇ ਨਾ ਥੱਕੇ ਅਨਥਕ, ਜੋ ਕਦੇ ਨਾ ਮਰੇ ਅਮਰ, ਰੱਬ ਨੂੰ ਮੰਨਣ ਵਾਲਾ ਆਸਤਕ, ਰੱਬ ਨੂੰ ਨਾ ਮੰਨਣ ਵਾਲਾ ਨਾਸਤਕ, ਦੂਜਿਆਂ ਦਾ ਭਲਾ ਕਰਨ ਵਾਲਾ ਪਰਉਪਕਾਰੀ, ਜਿਹੜਾ ਲੋਕਾਂ 'ਤੇ ਜ਼ੁਲਮ ਕਰੇ ਅਤਿਆਚਾਰੀ, ਚੰਗੇ ਆਚਰਨ ਵਾਲਾ ਸਦਾਚਾਰੀ, ਦੇਸ਼ ਕੌਮ ਲਈ ਜਾਨ ਮਾਰਨ ਵਾਲਾ ਸ਼ਹੀਦ, ਦੇਸ਼ ਨੂੰ ਪਿਆਰ ਕਰਨ ਵਾਲਾ ਦੇਸ਼ ਭਗਤ, ਜਿਹੜਾ ਬਹੁਤ ਘੱਟ ਖਰਚਾ ਕਰੇ ਕੰਜੂਸ, ਜਿਹੜਾ ਸਭ ਦੇ ਦਿਲਾਂ ਦੀਆਂ ਜਾਣਦਾ ਹੋਵੇ ਅੰਤਰਜਾਮੀ, ਜਿਹੜਾ ਮਾਸ ਮੱਛੀ ਖਾਂਦਾ ਹੋਵੇ ਮਾਸਾਹਾਰੀ, ਜਿਹੜਾ ਮਾਸ ਮੱਛੀ ਨਾ ਖਾਂਦਾ ਹੋਵੇ ਸ਼ਾਕਾਹਾਰੀ, ਨਾਵਲ ਲਿਖਣ ਵਾਲਾ ਨਾਵਲਕਾਰ, ਕਹਾਣੀ ਲਿਖਣ ਵਾਲਾ ਕਹਾਣੀਕਾਰ, ਕਵਿਤਾ ਲਿਖਣ ਵਾਲਾ ਕਵੀ, ਜਿਹੜਾ ਕਦੀ ਨਾ ਟੁੱਟੇ ਅਟੁੱਟ, ਜਿਹੜਾ ਕਿਸੇ ਦੀ ਝੂਠੀ ਪ੍ਰਸ਼ੰਸਾ ਕਰੇ ਚਾਪਲੂਸ, ਸਭ ਦੇ ਮਨਾਂ ਨੂੰ ਚੰਗਾ ਲੱਗਣ ਵਾਲਾ ਹਰਮਨ ਪਿਆਰਾ, ਚਾਰ ਪੈਰਾਂ ਵਾਲਾ ਜਾਨਵਰ ਚੁਪਾਇਆ। ਬੇਟਾ 20 ਤੱਕ ਜਿਹੜੇ ਹੈ ਤੁਹਾਡੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਹੈ। ਤੁਸੀਂ ਕਾਪੀ 'ਤੇ ਨਹੀਂ ਲਿਖਣੇ, ਤੁਸੀਂ ਬੁੱਕ ਤੋਂ ਹੀ ਯਾਦ ਕਰਨੇ ਹੈ। ਠੀਕ ਹੈ, ਬੁੱਕ ਤੁਹਾਡੇ ਕੋਲ ਹੈ, ਤੁਸੀਂ ਉੱਥੋਂ ਹੀ ਯਾਦ ਕਰਨੇ। ਥੈਂਕ ਯੂ ਸਟੂਡੈਂਟਸ, ਥੈਂਕ ਯੂ ਐਂਡ ਹੈਵ ਏ ਨਾਈਸ ਡੇ।